ਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ? ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਸੋ ਇੱਦਾਂ ਹੀ ਸਾਡੇ ਚੈਨਲ ਨੂੰ ਲਾਈਕ ਕਰੀ ਜਾਓ, ਸ਼ੇਅਰ ਕਰੀ ਜਾਓ ਅਤੇ ਸਾਡੇ ਬਲੌਗ ਦੇਖੀ ਜਾਓ। ਆਪਣੇ ਬਲੌਗ ਤੁਸੀਂ ਹੁਣ ਦੇਖਣਾ ਸ਼ੁਰੂ ਫਿਰ ਕਰਤੇ ਆ, ਇੱਦਾਂ ਹੀ ਦੇਖੀ ਜਾਇਓ। ਅਤੇ ਹੁਣ ਹੋ ਗਈ ਆ ਮੋਰਨਿੰਗ, ਅਤੇ ਆਪਣੀ ਅੱਜ ਅਪੁਆਇੰਟਮੈਂਟ ਆ ਜਿਹੜੀ 6 ਮੰਥ ਬਾਅਦ ਬਲੱਡ ਟੈਸਟ ਹੁੰਦੇ ਆ। ਸੋ ਅੱਜ ਆਪਾਂ ਜਾਵਾਂਗੇ ਉੱਥੇ, ਬਾਕੀ ਇੱਕ ਦੋ ਜਗ੍ਹਾ ਹੋਰ ਵੀ ਜਾਣਾ। ਤੁਹਾਡਾ ਆਪਾਂ ਇੱਦਾਂ ਕੰਟੀਨਿਊ ਰਵਾਂਗੇ, ਮਿਲਦੇ ਹਾਂ ਥੋੜ੍ਹੀ ਦੇਰ ਤੱਕ। ਬਟ ਪਾ ਰਹੀ ਹੈ ਅਤੇ ਅੱਜ ਕੁਦਰਤ ਵੱਲੋਂ ਹੀ ਸਾਡੇ ਟੀ ਸ਼ਰਟਾਂ ਮੈਚ ਹੋ ਗਈਆਂ, ਬਲੈਕ ਬਲੈਕ। ਬਾਕੀ ਹੁਣ ਇਹ ਵੀ ਰੈਡੀ ਸ਼ੈਡੀ ਹੁੰਦੀ ਆ, ਫਿਰ ਆਪਾਂ ਮਿਲਦੇ ਹਾਂ। ਜੋ ਬਾਹਰ ਮੌਸਮ ਬਹੁਤ ਵਧੀਆ, ਬੱਦਲ ਹੋਏ ਆ, ਬਿਲਕੁਲ ਵੀ ਗਰਮੀ ਨਹੀਂ ਆ। ਆਹ ਦੇਖੋ, ਐਂ ਸਾਰੇ ਪਾਸੇ ਬੱਦਲ ਹੀ ਬੱਦਲ ਆ। ਗੱਡੀ ਆਪਣੀ ਖੜੀ ਹੈ ਇਹ ਅਤੇ ਜਾ ਕੇ ਕਰਦੇ ਨੂੰ ਸਟਾਰਟ, ਤਾਂ ਥੋੜ੍ਹੀ ਜਿਹੀ ਗਰਮ ਕਰਦੇ ਹਾਂ ਅਤੇ ਫਿਰ ਚੱਲਦੇ ਹਾਂ ਆਪਾਂ। ਵਾਹਿਗੁਰੂ, 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 ਵਾਹਿਗੁਰੂ ਜੀ। ਪਹੁੰਚ ਗਏ ਅਸੀਂ ਗੱਡੀ 'ਤੇ, ਗੱਡੀ ਕਰ ਲਈਏ ਸਟਾਰਟ। ਹੁਣ ਥੋੜ੍ਹੀ ਜਿਹੀ ਗਰਮ ਹੁੰਦੀ ਹੈ ਅਤੇ ਗੱਡੀ ਤੋਰਦੇ ਹਾਂ। ਮੌਸਮ ਸੱਚੀ ਅੱਜ ਬਹੁਤ ਵਧੀਆ ਜੀ, ਦੇਖੋ ਹਵਾਵਾਂ ਚੱਲਦੀਆਂ, ਕਿੱਦਾਂ ਹਿਲਦੇ ਪਏ ਦਰਖਤ। ਅਤੇ ਬੈਕ ਸਾਈਡ 'ਤੇ ਲੈ ਆਇਆ ਸੀਗਾ ਅਤੇ ਨਵੀਂ ਨੂੰ ਮੈਂ ਕਹਿ ਦਿੱਤਾ ਕਿ ਤੂੰ ਪਿਛਲੇ ਦਰਵਾਜ਼ੇ ਥਾਣੀ ਆ ਜਾ, ਅਤੇ ਹੁਣ ਮੈਂ ਪਿੱਛੇ ਵੇਟ ਕਰ ਰਿਹਾ। ਆਹ ਬੈਕ 'ਤੇ ਰਸਤਾ ਜਿਹੜਾ ਉੱਥੇ, ਬਾਕੀ ਦੇਖਦੇ ਨਵੀਂ ਜਦੋਂ ਆਉਂਦੀ ਹੈ। ਲਓ ਜੀ, ਨਵੀਂ ਵੀ ਆ ਗਈ ਆ, ਉਹ ਦੇਖੋ ਤੁਸੀਂ ਦੇਖ ਸਕਦੇ ਹੋ। ਇਹ ਪਿੱਛੇ ਆਪਣੀ ਬਿਲਡਿੰਗ ਦਾ ਬੈਕ 'ਤੇ ਰਸਤਾ ਵਾ, ਹੁਣ ਇੱਧਰ ਦੀ ਉੱਤਰ ਕੇ ਆਜੂਗੀ ਅਤੇ ਆਹ ਗੇਟ ਓਪਨ ਕਰੂਗੀ ਅਤੇ ਗੱਡੀ ਜਾ ਕੇ ਬਹਿ ਜੂਗੀ। ਟੈਸਟ ਕਰਵਾਉਣ ਨਵੀਂ ਵੀ ਬੈਠੀ ਆ ਵੇਟਿੰਗ 'ਚ, ਮੈਂ ਵੀ ਬੈਠਾ। ਅਜੇ ਦੇਖੋ ਟਾਈਮ ਲੱਗਿਆ ਅਤੇ ਇੱਥੇ ਬਲੱਡ ਟੈਸਟ ਹੋਣਾ ਵਾ, ਅਤੇ ਬਾਕੀ ਦੇਖਦੇ ਹਾਂ ਕਿੰਨਾ ਟਾਈਮ ਲੱਗਦਾ। ਅਜੇ ਤਾਂ ਜਸਟ ਵੇਟਿੰਗ 'ਚ ਬੈਠੇ ਹਾਂ, ਦੇਖੋ ਨਾ ਬੋਲਦੇ ਨਾ ਕੁਛ। ਹੈਲੋ, ਸੁਸਤੀ ਪੈ ਗਈ ਬਹਿ ਕੇ? ਬਾਕੀ ਹੁਣ ਦੇਖਦੇ ਹਾਂ ਕਿੰਨਾ ਟਾਈਮ ਲੱਗਦਾ, ਲੱਗਦਾ ਥੋੜ੍ਹੇ ਟਾਈਮ ਤੱਕ ਵਾਰੀ ਆ ਜੂਗੀ। ਕਿਉਂਕਿ ਬੋਰ ਇਹਨੂੰ ਆਉਣ ਲੱਗ ਪਈ ਨੀਂਦ, ਸਰਾਣਾ ਦਵਾਂ ਔਖਾ ਵੀ ਜਿਹੜੀ ਵੇਟ ਆ ਨਾ ਉਹ ਬਹੁਤ ਔਖੀ ਕਰਨੀ, ਕਿਉਂਕਿ ਇੱਥੇ ਦਾ ਮਾਹੌਲ ਹੀ ਥੋੜ੍ਹਾ ਜਿਹਾ ਇੱਦਾਂ ਦਾ ਹੁੰਦਾ ਕਿ ਡਾਕਟਰ ਕੋਲ ਜਾਓ ਫਿਰ ਸੁਸਤੀ ਪੈਣ ਲੱਗ ਪੈਂਦੀ ਹੈ। ਸੁਸਤੀ ਤਾਂ ਮੈਨੂੰ ਪਈ ਹੈ, ਚਲੋ ਕੋਈ ਚੱਕਰ ਨਹੀਂ। ਡਰ ਲੱਗਦਾ ਹੁੰਦਾ ਇੱਥੇ ਸੂਈ ਲੱਗਣੀ ਹੈ ਨਾ, ਮੇਰੇ ਵੀ ਲੱਗਣੀ ਹੈ, ਤੇਰੇ ਇਕੱਲੀ ਦੇ ਥੋੜ੍ਹੀ। ਅੱਛਾ, ਮੈਂ ਰੋਣਾ ਪੈਣਾ ਹੁੰਦਾ। ਇੱਥੇ ਹਸਪੀਟਲ ਵੀ ਜਿੱਥੇ ਬਲੱਡ ਟੈਸਟ ਕਰਾਉਣੇ ਮਾਲ ਦੇ ਅੰਦਰ ਹੁੰਦੇ ਆ। ਸੋਹਣੀ ਲੋਕੇਸ਼ਨ ਆ, ਚਲੋ ਹੁਣ ਹੋ ਗਈ, ਹੁਣ ਆਪਾਂ ਫ੍ਰੀ ਆ, ਹੁਣ ਆਪਾਂ ਕਿਸੇ ਪਾਸੇ ਹੋਰ ਲੱਗਦੇ ਹਾਂ ਅਤੇ ਦੇਖਦੇ ਹਾਂ ਆਪਾਂ ਬਾਹਰ ਜਾ ਕੇ। ਵੈਸੇ ਨਵੀਂ ਤਾਂ ਮੈਨੂੰ ਲੱਗਦਾ ਇੱਥੇ ਕਿਸੇ ਜਗ੍ਹਾ 'ਤੇ ਵੜ ਸਕਦੀ ਆ, ਜਿੱਦਾਂ ਇੱਥੇ ਛੁੱਪਾਂ ਵਾ, ਮੈਨੂੰ ਲੱਗ ਰਿਹਾ ਸ਼ੱਕ ਵੜ ਜਾਊਗੀ, ਪਰ ਲੈਣਾ ਕੁਛ ਨਹੀਂ ਮੈਂ। ਓਕੇ, ਮਿਲਦੇ ਬਾਅਦ। ਮੈਂ ਕਿਹਾ ਸੀ ਨਵੀਂ ਵੜ ਸਕਦੀ ਆ, ਜਦੋਂ ਇਹਨੇ ਦੇਖੇ ਇੱਥੇ ਟੈਂਕ ਲੱਗੇ ਕੋਈ 5 ਡਾਲਰ, ਕੋਈ 10, ਕੋਈ 20, ਸਿੱਧੀ ਐਂਟਰੀ, ਸਿੱਧੀ ਐਂਟਰੀ। ਕਹਿੰਦੀ ਮੈਂ ਤਾਂ ਚੱਲੀ ਦੇਖਣ, ਸਵਾਹ ਸੂਹ ਲੈ ਕੇ ਇਹਨੇ ਐਨ ਲੈਂਦੀ ਲੂੰਦੀ ਘੱਟੀ ਹੁੰਦੀ ਇਹ। ਬਾਕੀ ਬਹੁਤ ਵਧੀਆ ਵੀ ਇਹ ਲੋਕੇਸ਼ਨ ਆ ਅਤੇ ਸਾਰਾ ਕੁਛ ਬਹੁਤ ਡਿਸਕਾਊਂਟ 'ਤੇ ਲੱਗਾ ਵਾ, ਤੁਸੀਂ ਦੇਖ ਸਕਦੇ ਹੋ ਹਰ ਇੱਕ ਚੀਜ਼ ਦੇ ਪ੍ਰਾਈਜ਼, ਕੋਈ 5 ਡਾਲਰ ਨੂੰ ਆ, ਕੋਈ 10 ਡਾਲਰ ਨੂੰ, ਕੋਈ 15 ਨੂੰ, ਕੋਈ 20 ਨੂੰ। ਇਹ ਨਹੀਂ ਕਿ ਪ੍ਰਾਈਜ਼ ਥੋੜ੍ਹੇ ਆ, ਚੀਜ਼ਾਂ ਵੀ ਵਧੀਆ, ਹਰ ਇੱਕ ਚੀਜ਼ ਵਧੀਆ ਹੈ। ਜਿੱਦਾਂ ਹੁਣ ਗਰਮੀਆਂ, ਗਰਮੀਆਂ 'ਚ ਪਾਉਣ ਨੂੰ ਹਰ ਇੱਕ ਡਰੈੱਸਾਂ, ਟੀ ਸ਼ਰਟਸ, ਟੋਪ, ਜੋ ਵੀ ਅੱਜ ਕੱਲ੍ਹ ਚੱਲਦਾ ਕੁੜੀਆਂ ਦਾ ਵੀ ਆਪਾਂ ਨੂੰ ਤਾਂ ਇੰਨਾ ਪਤਾ ਨਹੀਂ ਆ। ਆਪਾਂ ਤੁਹਾਨੂੰ ਇਹ ਦੱਸ ਸਕਦੇ ਕਿ ਡਿਸਕਾਊਂਟ ਬਹੁਤ ਲੱਗਾ ਇੱਥੇ। ਇਹ ਕੋਟ ਸੈਂਟ ਲੁੱਕ ਅਤੇ ਆ ਜੀ ਮੋਲ,
ਤੇ ਉੱਥੇ ਆਪਾਂ ਆਏ ਤੇ ਬਹੁਤ ਜ਼ਿਆਦਾ ਵਰਾਇਟੀ ਲੱਗੀ ਆ, ਤੁਸੀਂ ਦੇਖ ਸਕਦੇ ਹੋ ਕਾਫੀ ਡਰੈਸ ਆ, ਕਾਫੀ ਕੁਛ ਆ। 50% ਆਫ, ਕੋਈ $10 ਕੋਈ $5 ਤੇ ਨਵੀਂ ਮਿਲਾਂ ਦਾ ਘੁੰਮ ਫਿਰ ਕੇ ਉਦਾਂ ਹੀ ਆ ਗਈ ਆ। ਚੱਲੀਏ ਕੀ ਹੈ, ਬਸ ਰਸਤਾ ਵੀ ਹੈਗਾ। ਹਾਂ ਬਹੁਤ ਸੋਹਣੀਆਂ ਹੁੱਡੀਆਂ ਗਰਮ $8 'ਚ, ਪਜਾਮੇ $13 ਦੇ, ਜਾਣ ਕੇ ਸਸਤਾ ਵੀ ਬੜਾ ਵਧੀਆ। ਅਤੇ ਮੈਂ ਤੁਹਾਨੂੰ ਲੋਕੇਸ਼ਨ ਬਾਹਰੋਂ ਵੀ ਦਿਖਾ ਦਿੰਦਾ, ਜਦੋਂ ਤੁਸੀਂ ਨਮੂਰ ਮੈਟਰੋ ਦੇ ਨੇੜੇ ਆਉਂਗੇ ਅਤੇ ਉਹਦੇ ਬਾਹਰ ਇੱਕ ਵਾਲਮਾਰਟ ਦੀ ਬੈਕ ਸਾਈਡ 'ਤੇ ਪਲਾਜ਼ਾ, ਉਹਦੇ ਵਿੱਚ ਇਹ ਸਾਰਾ ਡਿਸਕਾਊਂਟ ਲੱਗਾ। ਅਤੇ ਇੱਧਰ ਹੀ ਇੱਕ ਹੋਰ ਹੈਗਾ ਸਟੋਰ, ਇਹ ਵੀ ਕਾਫੀ ਵੱਡਾ ਵੇਅਰ ਹਾਊਸ ਟਾਈਪ ਹੀ ਹੈ, ਮੇਗਾ ਵੈਂਟੇ ਸੇਲ ਲੱਗੀ, ਇੱਥੇ ਵੀ 70% ਆਫ ਨਵੀਂ ਦੇ ਵਿਚਾਰ 'ਤੇ ਵੀ ਇੱਧਰ ਜਾਣ ਦੇ ਵੀ ਪੱਕਾ। ਜਾ ਕੇ ਆ ਅਤੇ ਆਹ ਦੇਖੋ ਵੀ ਕਿੰਨੀ ਘੈਂਟ ਬਿਲਡਿੰਗ ਬਣੀ ਆ ਨਵੀਂ, ਵਧੀਆ ਮੌਸਮ ਅੱਜ ਉੱਦਾਂ ਜੋ ਮਰਜ਼ੀ ਕਹਿ ਦਿਉ। ਪਾਰਕਿੰਗ ਇੱਥੇ ਫੁੱਲ ਸੀ ਵੀ, ਮਸਾਂ ਹੀ ਗੱਡੀ ਦੀ ਪਾਰਕ ਮਿਲੀ ਸੀਗੀ। ਚਲੋ ਹੁਣ ਹੋ ਗਏ ਹਾਂ ਫ੍ਰੀ, ਟੈਨਸ਼ਨ ਮੁੱਕੀ ਅਤੇ ਹੁਣ ਆਪਾਂ ਜਾਂਦੇ ਹਾਂ। ਆਹ ਦੇਖੋ ਜੀ ਜਿੱਥੇ ਅਸੀਂ ਆਏ ਸੀ ਉਹਦਾ ਬਾਹਰ ਦਾ ਵਿਊ ਆਹ ਵਾ, ਅਤੇ 6900 ਕੋਟ ਸੈਂਟ ਲੁੱਕ, ਡੋਲਰਾਮਾ ਵੀ ਆ ਇੱਥੇ, ਵਿਨਰਸ ਵੀ ਆ, ਹੋਮਸੈਂਸ ਵੀ ਆ, ਕਾਫੀ ਸਟੋਰ ਆ ਇਹਦੇ ਵਿੱਚ। ਅਤੇ ਇਹਦੇ ਫਰੰਟ ਸਾਈਡ 'ਤੇ ਵਾਲਮਾਰਟ ਪੈ ਜਾਂਦਾ, ਉਹ ਸਾਹਮਣੇ ਨਮੂਰ ਮੈਟਰੋ। ਬਾਕੀ ਵਧੀਆ ਲੋਕੇਸ਼ਨ, ਇੱਥੇ ਜ਼ਰੂਰ ਆਇਓ, ਕਾਫੀ ਡਿਸਕਾਊਂਟ ਲੱਗੇ ਹੁੰਦੇ ਆ। ਸਾਰੇ ਰੈਸਟੋਰੈਂਟਾਂ ਦੇ ਬਾਹਰ ਬੈਠਣ ਦਾ ਸਿਸਟਮ ਕਰੀ ਜਾ ਰਹੇ ਆ। ਅਤੇ ਇੱਧਰ ਤੁਸੀਂ ਸਾਹਮਣੇ ਵੀ, ਅਤੇ ਇਹ ਜਿਹੜਾ ਹੁਣ ਰੋਡ ਆ ਸਾਰਾ ਗਰਮੀਆਂ ਕਰਕੇ ਕਲੋਜ਼ ਰਹਿਣਾ 2-4 ਮਹੀਨੇ, ਸਿਰਫ ਇੱਥੇ ਵਾਕਿੰਗ ਕਰਨ ਵਾਲੇ ਅਤੇ ਸਾਈਕਲਾਂ ਵਾਲੇ ਆ ਸਕਦੇ ਆ, ਬੱਸ ਅਤੇ ਕਾਰਾਂ ਨਹੀਂ ਆ ਸਕਦੀਆਂ। ਮੌਂਟਰੋਇਲ ਸਟਰੀਟ, ਇਹ ਹੁਣ ਸਾਰੀਆਂ ਗਰਮੀਆਂ ਕਿੱਦੇ ਰਹਿਣੀ ਬੰਦ, ਅਤੇ ਲੋਕਾਂ ਨੇ ਬਾਹਰ ਬਹਿ ਕੇ ਇੰਜੋਏ ਕਰਨਾ ਪੂਰਾ, ਉਹ ਵਧੀਆ ਵਿਊ ਬਣ ਜਾਂਦਾ ਇੱਥੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ, ਅੱਜ ਹੋ ਗਈ ਹੈ ਨੈਕਸਟ ਮੋਰਨਿੰਗ, ਕਿਉਂਕਿ ਕੱਲ੍ਹ ਅਸੀਂ ਅਪੁਆਇੰਟਮੈਂਟ ਤੋਂ ਬਾਅਦ ਜ਼ਿਆਦਾ ਬਿਜ਼ੀ ਹੋ ਗਈ ਸੀ, ਸਾਡਾ ਟਾਈਮ ਹੀ ਨਹੀਂ ਲੱਗਾ ਬਲੌਗ ਬਣਾਉਣ ਦਾ, ਅਤੇ ਅੱਜ ਸਵੇਰੇ ਉੱਠ ਕੇ ਵੀ ਟਾਈਮ ਨਹੀਂ ਲੱਗਾ। ਸੋ ਆਪਾਂ ਹੁਣ ਫਿਰ ਬਾਹਰ ਆ ਗਏ ਸੀਗੇ, ਅਤੇ ਹੁਣ ਅਸੀਂ ਚੱਲੇ ਸੀਗੇ ਇੱਥੇ ਥੋੜ੍ਹਾ ਜਿਹਾ ਪਲਾਜ਼ਾ ਹੈ ਉਹਦੇ ਵਿੱਚ, ਤੁਹਾਨੂੰ ਉੱਥੇ ਜਾ ਕੇ ਕੰਟੀਨਿਊ ਕਰਦੇ ਹਾਂ। ਇੱਧਰ ਨਵੀਂ ਵੀ ਬੈਠੀ ਹੈ, ਹੈਲੋ, ਕਿੱਦਾਂ ਜੀ, ਠੀਕ ਹੋ? ਵਧੀਆ। ਅਸੀਂ ਆ ਗਏ ਸੀਗੇ ਪਲਾਜ਼ੇ ਦੇ ਅੰਦਰ, ਅਤੇ ਇੱਧਰ ਨਵੀਂ ਵੀ ਬਈ ਅੰਦਰ ਫੋਟੋ ਬੜੀ ਕਲੀਅਰ ਆ ਰਹੀ ਹੈ ਵੀ। ਹੁਣ ਅਸੀਂ ਜਾ ਰਹੇ ਹਾਂ ਥੱਲੇ ਫਲੋਰ 'ਤੇ, ਉੱਥੇ ਜਾ ਕੇ ਦੇਖਦੇ ਹਾਂ ਸਟੋਰ ਖੁੱਲ੍ਹੇ ਆ ਕਿ ਨਹੀਂ ਖੁੱਲ੍ਹੇ। ਓਪਨ ਆ, ਚਲੋ ਫਿਰ ਦੇਖਦੇ ਹਾਂ ਜੀ ਆਪਾਂ। ਇੱਥੇ ਸਟੋਰ ਹੈਗਾ ਟਾਈਗਰ ਕੈਂਟ, ਇਹ ਥੋੜ੍ਹਾ ਜਿਹਾ ਫਰੈਂਚ ਕਰਕੇ ਨਾ ਡਿਫਰੈਂਟ ਜਿਹਾ ਕੀਤਾ ਹੁੰਦਾ ਵਾ, ਅਤੇ ਇਸ ਕਰਕੇ ਮੈਡਮ ਜੀ ਜਾ ਰਹੇ ਨੇ ਸਟੋਰ ਦੇ ਅੰਦਰ, ਇਹਨਾਂ ਨੂੰ ਤਾਂ ਚਾਹ ਹੀ ਚੜ੍ਹ ਜਾਂਦਾ ਕਿ ਸਟੋਰ ਦੇ ਅੰਦਰ ਚੱਲੀਏ। ਲਿਆ ਐਂਟਰੀ 'ਤੇ ਫਰੂਟ ਰੱਖਿਆ ਵੀ, ਹੁਣ ਗਰਮੀਆਂ ਦੇ ਕੱਪੜੇ ਕੁੱਪੜੇ ਆ ਗਏ ਨੇ। ਇੱਧਰ ਨਵੀਂ ਹੁਣੇ ਦੇਖ ਰਹੇ ਨੇ ਜੱਗ ਜੁੱਗ ਜੇ, ਇਹ ਸੈੱਟ ਜਿਹਾ ਹੀ ਆ ਪੂਰੇ ਪੂਰੇ, ਜਿੱਦਾਂ ਪਲੇਟਾਂ ਕੋਲੀਆਂ ਕੋਲੀਆਂ ਵੀ ਬੜਾ ਹੀ ਕੰਮ ਡਿਸਕਾਊਂਟ 'ਤੇ ਲੱਗਾ। ਉੱਧਰ ਦੇਖੋ ਤੁਸੀਂ $5, $4, $5 ਵੀ ਇੰਨਾ ਡਿਸਕਾਊਂਟ 'ਤੇ ਕੰਮ, $8, $3, $5, $7, ਮੈਂ ਕਹਿੰਦਾ ਵੀ ਇੰਨਾ ਡਿਸਕਾਊਂਟ।
ਰੇਸ਼ਨ ਵੀ $5 $4 $8 ਕਾਫੀ ਸਸਤਾ ਹੋਇਆ ਸਮਾਨ ਬਹੁਤ ਸਸਤਾ ਲਾਇਆ ਜੀ ਸਮਾਨ 83 'ਚ ਟੀ ਸ਼ਰਟਾਂ ਯਾਨੀ ਕਿ $3 $2 'ਚ ਟੀ ਸ਼ਰਟਾਂ ਕੀ ਬਾਤ ਹੈ ਜੀ ਇਹ ਕੋਟਦੀਨੀਜ਼ ਪਲਾਜ਼ਾ ਦੇ ਵਿੱਚ ਥੱਲੇ ਸਟੋਰ ਹੈ ਜੀ ਜਿੰਮ ਦੇ ਬਿਲਕੁਲ ਓਪੋਜਿਟ ਬਹੁਤ ਸਸਤਾ ਸਮਾਨ ਲੱਗਾ ਵੀ ਜਿੰਨੇ ਜਿੰਨੇ ਆਉਣਾ ਆ ਜਾਓ ਅਤੇ ਲੈ ਜਾਓ ਵੀ ਮੁੜ ਕੇ ਨਹੀਂ ਮਿਲਣਾ ਸਮਾਨ ਜਾ ਰਹੇ ਨੇ ਇੱਧਰ ਸਮਾਨ ਸਮੂਨ ਆਪਣਾ ਲੈ ਹੋ ਗਿਆ ਤਕਰੀਬਨ ਅਤੇ ਹੁਣ ਦੇਖੋ ਜੀ ਭਾਂਡੇ ਵਾਲੇ ਸੈਕਸ਼ਨ 'ਚ ਆ ਗਈ ਤੈਨੂੰ ਚੜ੍ਹ ਗਿਆ ਚਾਹ ਪਰ ਆਪਾਂ ਜਿਹੜਾ ਚੋਪਰ ਜਿਹਾ ਲੈਣਾ ਜਿਹੜਾ ਆਨੀਅਨ ਚੋਪਰ ਉਹ ਲੱਭ ਰਹੇ ਹਾਂ ਦੇਖਦੇ ਹਾਂ ਕਿੱਥੇ ਮਿਲਦਾ ਹੋਰ ਕਿੱਦਾਂ ਫਿਰ ਤੈਨੂੰ ਠੰਡ ਲੱਗੀ ਜਾਂਦੀ ਸੀ ਨਾ ਅੱਛਾ ਜੀ ਠੀਕ ਆ ਹੁਣ ਆਪਾਂ ਕੀ ਲੱਭਦੇ ਹਾਂ ਅਤੇ ਲੱਭੋ ਚੋਪਰ ਜਾਂ ਮੈਡਮ ਜੀ ਨੂੰ ਪੁੱਛ ਰਿਹਾ ਕਾਹਦੇ ਗਲਾਸ ਦੇਖੇ ਜਿਹੜੇ ਤਾਂਬੇ ਤੂੰਬੇ ਦੇ ਹੁੰਦੇ ਆ ਦਿਖਾਈ ਕੀ ਆ ਤਾਂਬੇ ਦੇ ਗਲਾਸ ਆ ਬੇਰਕਾ ਦੇ ਦੇਖੋ ਕੀ ਨਿਕਲਦਾ ਇਹਦੇ ਚੋਂ ਅੱਛਾ ਦੋ ਗਲਾਸ ਤਾਂਬੇ ਦੇ ਦੇਖ ਰਹੀ ਲੈਣੇ ਪਹਿਲਾਂ ਆਪਾਂ ਜਿਹੜੇ ਸਟੋਰ 'ਚ ਗਏ ਸੀ ਉਹ ਇਹਦੇ ਥੱਲੇ ਡਾਊਨ 'ਚ ਆ ਕੋਟਦੀਨੀਜ਼ ਪਲਾਜ਼ੇ 'ਚ ਉੱਥੇ ਬਹੁਤ ਸਕੀਮਾਂ ਲੱਗੀਆਂ ਕੱਪੜੇ ਕੁੱਪੜੇ ਬਾੜੇ ਸਸਤੇ ਲੱਗੇ ਆ ਹੁਣ ਆਪਾਂ ਇੱਥੋਂ ਆਏ ਹਾਂ ਚੋਪਰ ਲੈਣਾ ਸੀਗਾ ਉਹ ਦੇਖਦੇ ਹਾਂ ਕਿਹੜਾ ਵਾ ਦੇਣ ਆਇਆ ਸੀਗਾ ਅਤੇ ਓਡਰ ਦੇਣਾ ਹੈਗਾ 20ਵੇਂ ਫਲੋਰ 'ਤੇ ਅਤੇ ਹਜੇ ਲਿਫਟ ਪਹੁੰਚੀ ਆ 11ਵੇਂ ਫਲੋਰ 'ਤੇ ਅਤੇ ਇਹਦੇ ਟੋਟਲ ਫਲੋਰ ਹੈਗੇ ਨੇ 36 ਫਲੋਰ ਤੁਸੀਂ ਹਿਸਾਬ ਲਾ ਲਓ ਵੀ ਕਿੱਥੇ ਗੱਲ ਪਹੁੰਚਦੀ ਹੋਣੀ ਆ ਬੜੀ ਉੱਚੀ ਬਿਲਡਿੰਗ ਆ ਜੀ 36 ਫਲੋਰ ਆ ਅਤੇ ਬਾਕੀ ਥੱਲੇ ਡਾਊਨ 'ਚ ਹੋਰ ਵੀ 36 ਫਲੋਰ ਆ ਅਤੇ ਥੱਲੇ ਡਾਊਨ ਦੇ ਵਿੱਚ ਵੀ 6 ਫਲੋਰ ਥੱਲੇ ਨੂੰ ਵੀ ਆ ਜਾਣੀ ਕਿ ਅੰਡਰਗਰਾਊਂਡ 6 ਫਲੋਰ ਆ ਜਿਹਦੇ ਵਿੱਚ ਪਾਰਕ ਲੱਗਦੀ ਹੈ ਗੱਡੀ ਸਿਰਾ ਲਾਉਣ ਦੇ ਵੀ ਬਾਹਰਲੀਆਂ ਕੰਟਰੀਆਂ 'ਚ ਅਤੇ ਲਿਫਟ ਇੰਨੀ ਕੁ ਜ਼ਿਆਦਾ ਤੇਜ਼ ਆ ਮੈਂ 20ਵੀਂ ਮੰਜ਼ਿਲ 'ਤੇ ਸੀਗਾ ਅਤੇ ਦੇਖੋ ਸਪੀਡ ਦੇਖੋ ਲਿਫਟ ਦੀ ਥੱਲੇ ਆਉਣ ਦੀ 20 ਮੰਜ਼ਿਲਾਂ ਆਹ ਦੇਖ ਸਕਦੇ ਤੁਸੀਂ ਇੱਥੋਂ ਸਟਾਰਟ ਹੁੰਦੀ ਆ ਅਤੇ ਉਹ ਦੇਖ ਲਓ ਕਿੱਥੇ ਤੱਕ ਸਾਰੀਆਂ ਬਿਲਡਿੰਗਾਂ ਇੱਥੇ ਇਸ ਹਿਸਾਬ ਦੀਆਂ ਹੀ ਆ ਬਹੁਤ ਜ਼ਿਆਦਾ ਉੱਚੀਆਂ ਉੱਚੀਆਂ ਬਿਲਡਿੰਗਾਂ ਕੋਈ 40 ਮੰਜ਼ਿਲਾਂ ਦੀ ਆ ਕੋਈ 50 ਮੰਜ਼ਿਲਾਂ ਦੀ ਆ ਜਾਣੀ ਕਿ ਬੰਦਾ ਦੇਖ ਕੇ ਨਾ ਥੱਕ ਜਾਂਦਾ ਉੱਪਰ ਨੂੰ ਬਹੁਤ ਜ਼ਿਆਦਾ ਉੱਚੇ ਉੱਚੇ ਬਿਲਡਿੰਗਾਂ ਚੱਲ ਜੀ ਕੀ ਹਾਲ ਚਾਲ ਮੈਂ ਫਿਰ ਆ ਗਿਆ ਸੀ ਬਾਅਦ 'ਚੋਂ ਬਾਹਰ ਪਾਰਕਿੰਗ 'ਚ ਅਤੇ ਉੱਥੇ ਮੈਂ ਡੋਮੀਨੋਸ ਚਲ ਗਿਆ ਉੱਥੇ ਮੇਰੇ ਕੋਲ ਕਲਿੱਪ ਜਾ ਲੈਣ ਦਾ ਯਾਦ ਨਹੀਂ ਰਿਹਾ ਅਤੇ ਮੈਂ ਲਿਆ ਇਹ ਪੀਜ਼ਾ ਕਿਉਂਕਿ ਨਵੀਂ ਨੂੰ ਡੋਮੀਨੋਸ ਦਾ ਪੀਜ਼ਾ ਬਹੁਤ ਸਵਾਦ ਲੱਗਦਾ ਸੋ ਹੁਣ ਆਪਾਂ ਜਾਂਦੇ ਹਾਂ ਅਤੇ ਨਵੀਂ ਨੂੰ ਪੀਜ਼ਾ ਦਿੰਦੇ ਹਾਂ ਦੇਖਦੇ ਕਿੱਦਾਂ ਕਹਿੰਦੀ ਆ ਸੋ ਆਪਾਂ ਆ ਗਏ ਹਾਂ ਨਵੀਂ ਪੀਜ਼ਾ ਕਿੱਦਾਂ ਫਿਰ ਵਧੀਆ ਲੱਗਾ ਆਪਾਂ ਹੁਣ ਖਾਂਦੇ ਹਾਂ ਨਾਲੇ ਮਿਲਦੇ ਹਾਂ ਵੈਜੀ ਪੀਜ਼ਾ ਨਵੀਂ ਦਾ ਫੇਵਰੇਟ ਪੀਜ਼ਾ ਮੈਂ ਇਹਨੂੰ ਦੱਸਿਆ ਨਹੀਂ ਮੈਂ ਲਿਆਂਦਾ ਹੁਣ ਦੇਖਦੇ ਕਿੱਦਾਂ ਫਿਰ ਨਜ਼ਾਰੇ ਹੁਣ ਖਾਓ ਜੰਮੀ ਜੰਮੀ ਚਲੋ ਫਿਰ ਹੁਣ ਆਪਾਂ ਇੱਦਾਂ ਕਰਦੇ ਹਾਂ ਪੀਜ਼ੇ ਵੱਲ ਦੇਖ ਕੇ ਬੜਾ ਹੀ ਫੀਲਿੰਗਾਂ ਜਿਹੀਆਂ ਆਈ ਜਾਂਦੀਆਂ ਹੁਣ ਖਾ ਕੇ ਮਿਲਦੇ ਆ ਗਏ ਸੀ ਘਰ ਅਤੇ ਹੁਣ ਅਸੀਂ ਚੱਲੇ ਸੀਗੇ ਜੈਰੀ ਪਾਰਕ ਸੈਰ ਕਰਨ ਕਿਉਂਕਿ ਸੈਰ ਕਰਨੀ ਬੜੀ ਜ਼ਰੂਰੀ ਹੈ ਗਰਮੀਆਂ ਦੇ ਦਿਨ ਨਾ ਬੰਦਾ ਘੁੰਮ ਫਿਰ ਲੈਂਦਾ ਸੋ ਹੁਣ ਆਪਾਂ ਤੁਹਾਨੂੰ ਪਾਰਕ 'ਚ ਜਾ ਕੇ ਮਿਲਦੇ ਹਾਂ ਠੀਕ ਹੈ ਨਾ ਵੀ ਅਸੀਂ ਪਾਰਕ ਵਿੱਚ ਸੈਰ ਕਰਨ ਅਤੇ ਪਾਰਕ ਐਂਟਰ ਕਰਨੀ ਸੀਗੀ ਅਤੇ ਇੱਧਰ ਹੋ ਗਏ ਫਾਟਕ ਬੰਦ ਇੰਡੀਆ ਵਾਂਗੂ ਅਤੇ ਹੁਣ ਟ੍ਰੇਨ ਆਊਗੀ ਜਦੋਂ ਟ੍ਰੇਨ ਆਉਂਦੀ ਉਹਦਾ ਸਾਇਰਨ ਵੱਜਣ ਲੱਗ ਪੈਂਦੇ ਆ ਅਤੇ ਹੁਣ ਦੇਖੋ ਟ੍ਰੇਨ ਆਜੂਗੀ 1 ਮਿੰਟ ਤੱਕ ਇੱਥੇ ਆ ਵੇਟ ਨਹੀਂ ਕਰਨੀ ਪੈਂਦੀ ਟ੍ਰੇਨ ਆਈ ਨਹੀਂ ਫਾਟਕ ਦੁਬਾਰਾ ਖੋਲ੍ਹ ਤੇ ਹਾਸੇ ਹੀ ਪੈ ਗਏ ਕਨੇਡਾ ਜੀ ਕਮਲੇ ਹੈਗੇ ਆ ਓਹੋ ਟ੍ਰੇਨ ਇੱਥੇ ਲੱਗਦਾ ਖੜ ਗਈ ਆ ਉਹ ਖੜੀ ਸਾਹਮਣੇ
ਅਸੀਂ ਆ ਗਏ ਆ ਪਾਰਕ ਵਿੱਚ ਤੇ ਮੌਸਮ ਬਹੁਤ ਵਧੀਆ, ਠੰਡੀ ਹਵਾ ਚੱਲਦੀ, ਠੰਡੀ ਤੇ ਨਵੀਂ ਕਰ ਰਹੀ ਹੈ ਸੈਰ, ਬਹੁਤ ਕਰਨੀ ਜ਼ਰੂਰੀ ਹੈ, ਡਾਕਟਰ ਨੇ ਦੱਸਿਆ ਤੁਹਾਨੂੰ। ਹਾਂਜੀ ਹਾਂਜੀ ਹਾਂਜੀ, ਤਾਂ ਹੀ ਆਪਾਂ ਆਏ ਹਾਂ, ਕੀ ਕਰਨ? ਸੈਰ ਕਰਨ। ਸੈਰ ਕਰਨ ਦਾ ਵਧੀਆ ਲੱਗਦਾ ਵਾ ਕਿਉਂਕਿ ਪਾਰਕ ਬਹੁਤ ਵੱਡੀ ਆ, ਇੱਥੇ ਕਾਫੀ ਸਟੇਡੀਅਮ ਆ, ਬੱਚਿਆਂ ਦੀਆਂ ਗੇਮਾਂ ਗੁੰਮਾਂ ਚੱਲਦੀਆਂ ਹੁੰਦੀਆਂ, ਕਈ ਲੋਕ ਸਪੈਸ਼ਲ ਇਹ ਦੇਖਣ ਆ ਜਾਂਦੇ ਆ, ਕਈ ਲੋਕ ਸੈਰ ਕਰਨ ਹਾਜ਼ਮ ਲਗਾਉਂਦੇ ਆ। ਹਾਂ ਹਾਂ, ਆਹ ਦੇਖੋ ਇਹ ਤਾਂ ਇੱਧਰ ਬੱਚੇ ਦੀ ਗੇਮ ਚੱਲ ਰਹੀ ਹੈ, ਅਤੇ ਕਾਫੀ ਸਟੇਡੀਅਮ ਆ ਇੱਥੇ ਵਾਲੀਬਾਲ ਦੇ, ਟੈਨਿਸ ਦੇ, ਕਾਫੀ ਜ਼ਿਆਦਾ ਸਟੇਡੀਅਮ ਆ। ਉੱਦਾਂ ਪਾਰਕ ਵੀ ਅੰਦਰ ਨੂੰ ਬਹੁਤ ਖੁੱਲ੍ਹਾ, ਵਾਟਰ ਪਾਰਕ ਵੀ ਹੈਗਾ, ਬਾਕੀ ਅੱਗੇ ਜਿਹੜਾ ਗਰਾਊਂਡ ਆ ਉਹ ਵੀ ਬਹੁਤ ਖੁੱਲ੍ਹਾ, ਆਪਾਂ ਜਿੱਧਰ ਨੂੰ ਜਾ ਰਹੇ ਹਾਂ ਕਰਦੇ ਹਾਂ ਕੰਟੀਨਿਊ। ਗਰਾਊਂਡ ਦੇ ਵਿੱਚ ਪਹੁੰਚ ਗਏ, ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਗਰਾਊਂਡ ਆ ਅਤੇ ਕਾਫੀ ਬੱਚੇ ਖੇਡ ਰਹੇ ਆ ਅਤੇ ਲੋਕ ਸੈਰ ਵੀ ਬਹੁਤ ਜ਼ਿਆਦਾ ਕਰ ਰਹੇ ਆ, ਕਾਫੀ ਲੋਕ ਸੈਰ ਕਰਦੇ ਆ ਇੱਧਰ। ਨਵੀਂ ਮੰਨਦੀ ਕਿਤੇ? ਕਹਿੰਦੀ ਆ ਜਾਓ ਫਿਰ, ਇਹ ਕਹਿੰਦੀ ਉਹਨੂੰ ਛੇਤੀ ਛੇਤੀ ਕੰਮ ਕਾਫੀ ਸੈਰ ਦਾ ਚੱਲੀਏ। ਅਤੇ ਦੇਖੋ ਕਾਫੀ ਵੱਡਾ ਵਿਊ ਆ, ਬਹੁਤ ਜ਼ਿਆਦਾ। ਅਤੇ ਇੱਧਰ ਦੇਖੋ ਨਿਆਣੇ ਦੀ ਗੇਮ ਸਟਾਰਟ ਹੋ ਰਹੀ ਹੈ, ਇਹ ਵੀ ਕਿਸੇ ਤਿਆਰੀ 'ਚ ਹੀ ਆ। ਬਾਕੀ ਆਪਣੇ ਪੰਜਾਬੀ ਵੀ ਬਹੁਤ ਜ਼ਿਆਦਾ ਸੈਰ ਕਰਨ ਆਉਂਦੇ ਇੱਧਰ, ਅਤੇ ਉਹ ਵੀ ਸੈਰ ਕਰਨ ਆ ਰਹੇ ਹਾਂ ਜੀ ਲੰਬਾ। ਅਤੇ ਆਪਾਂ ਕੀ ਕੀਤਾ, ਇੱਥੋਂ ਸ਼ੋਰਟਕੱਟ ਹੀ ਮਾਰਤਾ ਸਿੱਧਾ ਉੱਧਰ ਨੂੰ ਕਰੋਸਿੰਗ। ਨਵੀਂ ਕਹਿੰਦੀ ਵੀ ਇਹੀ ਕੰਮ ਠੀਕ ਆ, ਬਾਕੀ ਦੇ ਔਖਾ ਜਹਾਜ਼ ਹੁਣੇ ਵੀ ਆ ਗਏ ਆ। ਜਾਂ ਦੇਖੋ ਇੱਧਰ ਬੱਚੇ ਵੀ ਗੇਮਾਂ ਗੁੰਮਾਂ ਖੇਡੀ ਜਾ ਰਹੇ ਨੇ, ਅਤੇ ਸਨਸੈੱਟ ਦੇਖੋ ਕਿੰਨਾ ਵਧੀਆ ਹੋ ਰਿਹਾ, ਕਿਆ ਬਾਤ ਹੈ, ਦੇਖੋ ਸਨਸੈੱਟ, ਓਹੋ ਕਿਆ ਬਾਤ ਹੈ।